ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਲਗਾਤਾਰ ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਇੱਕ ਹੋਰ 1178 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ ਕਪੜਾ ਹੋਇਆ ਹੈ ਤੇ ਇਹ ਕਪੜਾ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਹੋਇਆ ਹੈ ਤੇ ਇਸ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਵੱਲੋਂ ਖੁਦ ਕੀਤਾ ਗਿਆ ਹੈ ਤੇ ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚ ਹੀ ਇਹ ਵੱਡਾ ਘਟਾਲਾ ਹੋਇਆ ਹੈ 1178 ਕਰੋੜ ਰੁਪਏ ਦਾ ਤਾਂ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਸੈਂਟਰ ਸਰਕਾਰ ਹੈ ਉਸ ਦੇ ਵੱਲੋਂ ਫੰਡ ਭੇਜੇ ਗਏ ਸੀ 4 ਸਾਲਾਂ ਦੇ ਵਿੱਚ 1178 ਕਰੋੜ ਰੁਪਏ ਦੇ ਕਿ ਜਿਹੜੀ ਫਸਲਾਂ ਦੀ ਰਹਿੰਦ-ਖੂੰਹਦ ਹੈ ਪਰਾਲੀ ਨੂੰ ਸਾਹਮਣਾ ਅੱਗ ਨਾ ਲਾਉਣੀ ਤਾਂ ਉਸ ਦੇ ਲਈ ਮਸ਼ੀਨਰੀ ਜਿਹੜੀ ਹੈ ਸਬਸਿਡੀ ਤੇ ਦਿੱਤੀ ਜਾਂਦੀ ਸੀ ਪਰ ਕਾਗਜ਼ਾਂ ਦੇ ਵਿੱਚ ਤਾਂ ਮਸ਼ੀਨਰੀ ਖਰੀਦੀ ਗਈ ਜ਼ਮੀਨੀ ਪੱਧਰ ਤੇ ਉਸ ਦਾ ਕੋਈ ਰਿਕਾਰਡ ਨਹੀਂ ਮਿਲਿਆ ਅਤੇ ਇਸੇ ਨੂੰ ਲੈ ਕੇ ਜਿਹੜੇ ਚਰਨਜੀਤ ਸਿੰਘ ਚੰਨੀ ਸੀਐਮ ਜਦੋਂ ਬਣਦੇ ਨੇ ਤੇ ਕਾਕਾ ਰਣਜੀਤ ਸਿੰਘ ਜਿਹੜੇ ਨੇ ਨਾਬਾ ਤੋਂ ਖੇਤੀਬਾੜੀ ਮੰਤਰੀ ਬਣਦੇ ਨੇ ਤੇ ਫਿਰ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਖੁਦ ਚਿੱਠੀ ਲਿਖਦੇ ਨੇ ਕਿ ਪੰਜਾਬ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਇਹ ਕੱਪੜਾ ਹੋਇਆ ਹੈ ਤੇ ਇਸ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ 1178 ਕਰੋੜ ਰੁਪਏ ਦੇ ਫੰਡ ਭੇਜੇ ਗਏ ਸੀ ਉਹਨਾਂ ਦੀ ਮਸ਼ੀਨਰੀ ਖਰੀਦੀ ਹੀ ਨਹੀਂ ਗਈ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਜੀਤ ਸਿੰਘ ਨਾਭਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਦੀ ਮਸ਼ੀਨਰੀ ਨਾਲ ਸੰਬੰਧਿਤ 1178 ਕਰੋੜ ਰੁਪਏ ਦਾ ਘਪਲਾ ਹੋਇਆ ਤੇ ਉਹਨਾਂ ਨੇ ਇਸ ਦੇ ਲਈ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਸੀ ਉਹਨਾਂ ਕਿਹਾ ਸੀ ਕਿ ਜਿਹੜੀ ਸੀਆਰਐਮ ਸਕੀਮ ਹੈ ਜਿਸ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਦੇ ਦੌਰਾਨ 1178 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਪਰ ਕਾਗਜ਼ਾਂ ਦੇ ਵਿੱਚ ਉਹ ਜਿਹੜੀ ਮਸ਼ੀਨਰੀ ਆ ਉਹ ਕਿਤੇ ਨਜ਼ਰ ਨਹੀਂ ਆ ਰਹੀ ਹੈਗੀ ਤਾਂ ਇਸ ਦੇ ਦੌਰਾਨ ਹੁਣ ਲਗਾਤਾਰ ਜਾਂਚ ਜਿਹੜੀ ਆ ਜਾਰੀ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਆ ਜਲਦ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤਾਂ ਇਹ ਵੀ ਦੱਸ ਦਈਏ ਕਿ ਕਾਕਾ ਰਣਦੀਪ ਸਿੰਘ ਨਾਬਾ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਖੁਦ ਕੋਲ ਇਹ ਜਿਹੜਾ ਐਗਰੀਕਲਚਰ ਮੰਤਰਾਲਾ ਹੈ ਖੇਤੀਬਾੜੀ ਵਿਭਾਗ ਹੈ ਉਹਨਾਂ ਦੇ ਕੋਲ ਸੀਗਾ ਤਾਂ ਹੁਣ ਜਿਸ ਢੰਗ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਇਹ ਜਿਹੜੀ ਸਬਸਿਡੀ ਹੈ ਇਹ ਭੇਜੀ ਜਾਂਦੀ ਹੈ ਤੇ ਇਹ ਸਬਸਿਡੀ 1178 ਕਰੋੜ ਰੁਪਏ ਦੀ ਹੈ ਤੇ ਇਹ ਜਿਹੜੀ CRM ਸਕੀਮ ਹੈ CRM ਸਕੀਮ ਦੇ ਤਹਿਤ ਜਿਹੜੀ ਪਰਾਲੀ ਦੀ ਰਹਿੰਦ-ਖੂੰਹਦ ਹੈ ਉਸ ਨੂੰ ਸਾਂਭਣ ਦੇ ਲਈ ਮਸ਼ੀਨਰੀ ਖਰੀਦੀ ਜਾਂਦੀ ਹੈ ਤੇ ਸਸਤੇ ਭਾਅ ਤੇ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਂਦੀ ਹੈ ਤਾਂ ਹੁਣ ਤੁਸੀਂ ਹਿਸਾਬ ਲਾਓ ਕਿ 1178 ਕਰੋੜ ਰੁਪਏ ਦਾ ਜਿਹੜਾ ਇੱਕ ਟਾਲਾ ਹੋਇਆ ਏ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਕਾਕਾ ਰਣਦੀਪ ਸਿੰਘ ਨੇ ਖੁਦ ਮੰਗ ਕੀਤੀ ਹੈ ਕਿ सीबीआई ਇਸ ਦੀ ਜਾਂਚ ਕਰੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 2018-19 ਦੇ ਵਿੱਚ ਜਿਹੜੀ 269 ਕਰੋੜ ਰੁਪਏ ਏ 2019-20 ਦੇ ਵਿੱਚ 272 ਕਰੋੜ ਰੁਪਏ ਏ 2020-21 ਦੇ ਵਿੱਚ 304 ਕਰੋੜ ਰੁਪਏ ਏ ਤੇ 2021-22 ਦੇ ਵਿੱਚ 300 33 ਕਰੋੜ ਰੁਪਏ ਜਿਹੜੇ ਕਿ ਕੁੱਲ 1178 ਕਰੋੜ ਰੁਪਏ ਬਣਦੇ ਨੇ ਤੇ ਹਾਲੇ ਤੱਕ ਜਿਹੜਾ ਇਸ ਦਾ ਰਿਕਾਰਡ ਹੈ ਇਸ ਦਾ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਤਾਂ ਫਸਲਾਂ ਦੀ ਰਹਿਣ ਖੂਹੰਦ ਨੂੰ ਲੈ ਕੇ ਜਿਹੜੀ ਸੈਂਟਰ ਸਰਕਾਰ ਦੇ ਵੱਲੋਂ ਸਕੀਮ ਦੇ ਤਹਿਤ ਪੈਸੇ ਭੇਜੇ ਜਾਂਦੇ ਨੇ ਉਹ ਪੈਸੇ ਕਿੱਥੇ ਗਏ ਇਹ ਵੱਡਾ ਸਵਾਲ ਹੈ ਤਾਂ ਜਿਹੜੇ ਖੇਤੀਬਾੜੀ ਮੰਤਰੀ ਪਿਛਲੇ ਸਮੇਂ ਦੇ ਵਿੱਚ ਬਣੇ ਕਾਕਾ ਰਣਦੀਪ ਸਿੰਘ ਨਾਭਾ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਚਾਰਜ ਲਿਆ ਤਾਂ ਉਹਨਾਂ ਨੂੰ ਇਹ ਕੋਈ ਡਾਟਾ ਨਹੀਂ ਦਿੱਤਾ ਗਿਆ ਕਿ ਇਹ ਜਿਹੜੇ 1178 ਕਰੋੜ ਰੁਪਏ ਦੀ ਜਿਹੜੀ ਮਸ਼ੀਨਰੀ ਹੈ ਉਹ ਕਾਗਜ਼ਾਂ ਦੇ ਵਿੱਚ ਤਾਂ ਹੈ ਪਰ ਜ਼ਮੀਨੀ ਪੱਧਰ ਤੇ ਨਹੀਂ ਹੈ ਤਾਂ ਦੱਸ ਦਈਏ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਘੁਟਾਲੇ ਨੇ ਉਹਨਾਂ ਦਾ ਪਰਦਾਫਾਸ਼ ਕੀਤਾ ਜਾ ਰਿਹਾ ਚਾਹੇ ਉਹ ਸਾਧੂ ਸਿੰਘ ਧਰਮਸੋਤ ਜੇਲ੍ਹ ਦੇ ਵਿੱਚ ਹੋਣ ਤੇ ਚਾਹੇ ਜੋਗਿੰਦਰ ਪਾਲ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੋਵੇ ਤੇ ਆਪਣੇ ਹੀ ਇੱਕ ਮੰਤਰੀ ਨੂੰ ਵੀ ਬਰਖਾਸਤ ਕੀਤਾ ਹੋਵੇ ਉੱਥੇ ਹੁਣ ਜਿਹੜਾ 1178 ਕਰੋੜ ਰੁਪਏ ਦਾ ਇੱਕ ਹੋਰ ਕਪਲਾ ਸਾਹਮਣੇ ਆਇਆ ਇਸ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਸਰਕਾਰ ਇਹ ਦੇਖਣਾ ਹੋਵੇਗਾ ਪਰ ਜਿਹੜੀ ਇਹ ਜਿਹੜੀ ਹੁਣ ਇਸ ਦਾ ਵੀ ਜਿਹੜੀ ਈਡੀ ਦੇ ਵੱਲੋਂ ਵੀ ਇਸ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿ ਮਸ਼ੀਨਰੀ ਦੀ ਗਈ ਤਾਂ ਗਈ ਕਿੱਥੇ ਕਿਉਂਕਿ ਸੀਆਰਐਮ ਸਕੀਮ ਦੇ ਤਹਿਤ 1178 ਕਰੋੜ ਰੁਪਏ ਕੇਂਦਰ ਦੇ ਵੱਲੋਂ ਭੇਜੇ ਗਏ ਸੀ ਤੇ ਕੋਈ ਡਾਟਾ ਜਿਹੜਾ ਇਸ ਦੇ ਵਿੱਚ ਸਾਹਮਣੇ ਨਹੀਂ ਆਇਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਕਕਰਨਦੀਪ ਸਿੰਘ ਨੇ ਚਿੱਠੀ ਲਿਖ ਕੇ सीबीआई ਦੀ ਜਾਂਚ ਦੀ ਮੰਗ ਕੀਤੀ ਹੈ ਕਿ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਪਰ ਵੱਡੀ ਖਬਰ ਹੈ ਜਿਸ ਢੰਗ ਦੇ ਨਾਲ 1178 ਕਰੋੜ ਰੁਪਏ ਦਾ ਕੱਪੜਾ ਹੋਇਆ ਹੈ ਗਬਨ ਹੋਇਆ ਹੈ ਤੇ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਬਲਕਿ ਕਾਂਗਰਸ ਦੇ ਸਾਬਕਾ ਮੰਤਰੀ ਨੇ ਹੀ ਲਾਏ ਨੇ ਤਾਂ ਕਾਂਗਰਸ ਦੇ ਸਾਬਕਾ ਮੰਤਰੀ ਦੇ ਆਪਣੀ ਹੀ ਸਰਕਾਰ ਤੇ ਇਹ ਇਲਜ਼ਾਮ ਨੇ ਕਿ ਸਾਡੀ ਸਰਕਾਰ ਦੇ ਵੇਲੇ ਹੀ 1178 ਕਰੋੜ ਰੁਪਏ ਦਾ ਇਹ ਕਪਲਾ ਹੋਇਆ ਹੈ ਕਿ ਜਿਹੜੀ ਰਹਿਣ ਖੋਹ ਦਾ ਫਸਲਾਂ ਦੀ ਮਸ਼ੀਨਰੀ ਖਰੀਦੀ ਜਾਣੀ ਹੈ ਉਸ ਦੇ ਲਈ ਸਬਸਿਡੀ ਜਿਹੜੀ ਦਿੱਤੀ ਜਾਂਦੀ ਹੈ ਸਕੀਮ ਦੇ ਤਹਿਤ ਪੈਸੇ ਆਉਂਦੇ ਨੇ ਕੇਂਦਰ ਸਰਕਾਰ ਦੇ ਵੱਲੋਂ 4 ਸਾਲਾਂ ਦੇ ਵਿੱਚ ਜਿਹੜੇ ਇਹ ਪੈਸੇ ਆਏ ਨੇ 1178 ਕਰੋੜ ਰੁਪਏ ਦੇ ਤੇ ਉਸ ਦੀ ਜਿਹੜੀ ਮਸ਼ੀਨਰੀ ਦਿੱਤੀ ਜਾਣੀ ਸੀ ਖਰੀਦੀ ਜਾਣੀ ਸੀ ਲਾਭ ਦਿੱਤਾ ਜਾਣਾ ਸੀ ਕਿਸਾਨਾਂ ਨੂੰ ਉਹ ਕਾਗਜ਼ਾਂ ਦੇ ਵਿੱਚ ਤਾਂ ਲਈ ਗਈ ਪਰ ਜ਼ਮੀਨੀ ਪੱਧਰ ਤੇ ਉਸ ਦਾ ਕਿਤੇ ਵੀ ਕੋਈ ਰਿਕਾਰਡ ਉਪਲਬਧ ਨਹੀਂ ਹੋਇਆ ਏ ਤੇ ਇਸ ਲਈ ਇਸ ਦੀ ਜਾਂਚ CBI ਤੋਂ ਮੰਗੀ ਗਈ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਆ ਕਰੀਬ 4.5 ਸਾਲ ਪੌਣੇ 5 ਸਾਲ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਕੈਪਟਨ ਅਮਰਿੰਦਰ ਸਿੰਘ ਕੋਲੇ ਸੀਗਾ ਤੇ ਉਸ ਤੋਂ ਬਾਅਦ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਬਣਦੇ ਨੇ ਤਾਂ ਕਾਕਾ ਰਣਦੀਪ ਸਿੰਘ ਨੂੰ ਫੇਰ ਖੇਤੀਬਾੜੀ ਵਿਭਾਗ ਦਿੱਤਾ ਜਾਂਦਾ ਹੈ ਤਾਂ ਜਦੋਂ ਉਹ ਚੈੱਕ ਕਰਦੇ ਨੇ ਚਾਰਜ ਲੈਂਦੇ ਨੇ ਤਾਂ 1178 ਕਰੋੜ ਰੁਪਏ ਦਾ ਰਿਕਾਰਡ ਆ ਜਿਹੜਾ ਉਸ ਦਾ ਡਾਟਾ ਹੈ ਜਿਹੜਾ ਉਹਨਾਂ ਨੂੰ ਨਹੀਂ ਮਿਲਦਾ ਜਿਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਚਿੱਠੀ ਲਿਖਦੇ ਨੇ ਤੇ ਸੀਬੀਆਈ ਜਾਂਚ ਦੀ ਮੰਗ ਕਰਦੇ ਨੇ ਤਾਂ 1178 ਕਰੋੜ ਰੁਪਏ ਗਿਆ ਧਗਿਆ ਕਿੱਥੇ